ਜਿਹੜੀ ਆ ਉਹ ਹਰ ਵਾਰ ਨੂੰ ਜਿਹਨਾਂ ਨੇ ਲੇ ਕਾਰਡ ਬਣੇ ਆ ਉਹਨਾਂ ਨੂੰ ਜਿਹੜੀ ਕਣਕ ਉਹ ਫਰੀ ਦਿੱਤੀ ਜਾਊਗੀ। ਉਹਨਾਂ ਨੇ ਇਹੋ ਨਹੀਂ ਕੁਝ ਤੇ ਜਿਹੜੇ ਪੰਜਾਬ ਦੇ ਲੋਕ ਆ ਜਿਨ੍ਹਾਂ ਨੇ ਕੋਈ ਡੈਰੀ ਵਿਭਾਗ ਦਾ ਲੋਨ ਲਿਆ ਉਹ ਗਰੀਬ ਆਪਣੇ ਪੈਰਾਂ ਤੇ ਆ ਜਾਂਦੇ ਉਹ ਵੀ ਨਹੀਂ ਕੀਤਾ ਕਿਉਂਕਿ ਜਿਹੜਾ ਐਗਰੀਕਲਚਰ ਵਿਭਾਗ ਆ ਹੋਰ ਵਰਗ ਲਈ ਵੀ ਸਾਡੇ ਪ੍ਰਧਾਨ ਜੀ ਬੈਠੇ ਆ ਸਿੱਧੂ ਜੀ ਅਸੀਂ ਇਹਨਾਂ ਨੂੰ ਕਵਾਂਗੇ ਕਿ ਉਹ ਸਾਡੇ ਪੰਜਾਬ ਦੇ ਪ੍ਰਧਾਨ ਨਾਲ ਵੀ ਗੱਲ ਕਰਨਗੇ। खोले गए सारे इस मंडल के कार्यकर्ता साथी इतने आए हो मैं सारिया का इतने आने अपने वालों जी आया। भारतीय जनता पार्टी अज तो पहले नहीं लड़ती सी आने वाले समय च असी इतने अपना लोक सभा पहले ये विधानसभा जो साडा अकाली दल नाल गठबंधन हुंदा सी ते उदों आपां इह लड़दे सी हुण ओह गठबंधन नहीं रहा इस करके भारतीय जनता पार्टी हुण 117 दी 117 सीटां लड़न जा रही है। भारतीय जनता पार्टी तुसीं सारे जाणदे होवोगे कि एक मिथ्या फैलाया जांदा रहा अकाली दल वल्लों चाहे बाकी पार्टियां वल्लों। जनता पार्टी श्री नरेंद्र भाई मोदी श्री नरेंद्र भाई मोदी ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਅੱਜ ਦੀ ਇਸ ਮੰਡਲ ਕੰਧਾਲਾ ਜੱਟਾਂ ਦੀ ਕਾਰਜਕਾਰਨੀ ਬੈਠਕ 'ਚ ਭਾਰਤੀ ਜਨਤਾ ਪਾਰਟੀ ਦੀ ਸਿਸਟਮ ਦੇ ਮੁਤਾਬਕ ਹੀ ਜਿੱਦਾਂ ਪਹਿਲੇ ਦੀਪ ਪ੍ਰਜਵਲਿਤ ਕੀਤਾ ਗਿਆ ਔਰ ਉਸ ਤੋਂ ਬਾਅਦ ਮੋਦੀ ਸਰਕਾਰ ਨੇ ਜੋ ਸਾਡੇ ਸਿੱਖ ਭਾਈਚਾਰੇ ਵਾਸਤੇ ਕੰਮ ਕੀਤਾ ਗਿਆ ਉਹਦੇ ਲਈ ਧੰਨਵਾਦ ਪ੍ਰਸਤਾਵ ਪ੍ਰਸਤੁਤ ਕੀਤਾ ਗਿਆ ਰਾਜਨੀਤਿਕ ਪ੍ਰਸਤਾਵ ਤੇ ਚਰਚਾ ਕੀਤੀ ਗਈ ਹੈ ਔਰ ਆਉਣ ਵਾਲੇ ਸਮੇਂ 'ਚ ਭਾਰਤੀ ਜਨਤਾ ਪਾਰਟੀ ਨੂੰ ਕਿੱਦਾਂ ਮਜ਼ਬੂਤ ਕਰਨਾ ਹੈ ਬੂਥਾਂ ਨੂੰ ਕਿੱਦਾਂ ਹੋਰ ਮਜ਼ਬੂਤ ਕਰਨਾ ਹੈ ਕਿਉਂਕਿ ਇਹ ਉਹ ਇਲਾਕਾ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਪਹਿਲੇ ਨਹੀਂ ਲੜਦੀ ਸੀ ਹੁਣ ਅਸੀਂ 117 ਸੀਟਾਂ 'ਤੇ ਲੜਨਾ ਹੈ ਉਹ ਸਾਰਾ ਆਪਾਂ ਆਪਸ 'ਚ ਵਿਚਾਰ ਵਿਮਰਸ਼ ਕੀਤਾ ਹੈ ਕਿ ਆਉਣ ਵਾਲੇ ਸਮੇਂ 'ਚ ਭਾਰਤੀ ਜਨਤਾ ਪਾਰਟੀ ਇੱਥੋਂ ਵੱਧ ਤੋਂ ਵੱਧ ਲੀਡ ਲੈ ਕੇ 2024 ਦੇ ਇਲੈਕਸ਼ਨਾਂ 'ਚ ਮੋਦੀ ਜੀ ਦਾ ਹੱਥ ਮਜ਼ਬੂਤ ਕਰੇ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਦੀ ਇਹ ਕਾਰਜਕਾਰਨੀ ਕੀਤੀ ਗਈ ਹੈ ਔਰ ਵਿਸ਼ੇਸ਼ ਤੌਰ 'ਤੇ ਸਾਡੇ ਮੰਡਲ ਪ੍ਰਧਾਨ ਜੀ ਵੱਲੋਂ ਜੋ ਸਿੱਖ ਕੌਮ ਵਾਸਤੇ ਪ੍ਰਧਾਨ ਮੰਤਰੀ ਜੀ ਨੇ ਉਪਰਾਲਾ ਕੀਤਾ ਹੈ ਚਾਹੇ ਉਹ ਬਾਲ ਦਿਵਸ ਦਾ ਚਾਹੇ ਉਹ ਸਾਰੇ ਹੀ ਕੰਮ ਜਿਹੜੇ ਇਹਨਾਂ ਨੇ ਗਿਣਾਏ ਆ ਬੜੇ ਲੰਬੇ ਚੌੜੇ ਉਹਨਾਂ ਲਈ ਸਾਰੀ ਜਨਤਾ ਨੇ ਉਹਨਾਂ ਨੂੰ ਬਹੁਤ ਧੰਨਵਾਦ ਕੀਤਾ ਹੈ ਕਿ ਮੋਦੀ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਿੱਖੀ ਵਾਸਤੇ ਔਰ ਪੰਜਾਬੀਅਤ ਵਾਸਤੇ ਜਿਹੜੇ ਕੰਮ ਕੀਤੇ ਉਹਦੇ ਲਈ ਧੰਨਵਾਦ ਕੀਤਾ।